ਆਪਾਂ ਅਰੇਂਜਮੈਂਟ ਕਰਦੇ ਹਾਂ ਚੜ੍ਹਦੇ ਪੰਜਾਬ ਦੇ ਵਿੱਚ, ਚਾਹੇ ਪਿੰਡਾਂ ਦੇ ਵਿੱਚ, ਘਰਾਂ ਦੇ ਵਿੱਚ ਕਨਾਤਾਂ ਲੱਗੀਆਂ ਹੁਣ। ਤੁਸੀਂ ਦੇਖੋ ਇਹਨਾਂ ਨੇ ਨਾ ਸੋਫੇ ਲਾ ਦਿੱਤੇ, ਸੋਫੇ ਲਾ ਕੇ ਆਹ ਦੇਖੋ ਆਹ ਇੱਕ ਰਿਬਨ ਲਾ ਦਿੱਤਾ ਵੀ ਇੱਧਰ ਐਂਟਰੀ ਨਹੀਂ ਕਿਸੇ ਦੀ, ਹੈ ਨਾ। ਇਹ ਬਰਾਤ ਦੇ ਨਾਲ ਜਿਹੜੇ ਵੀ ਆਈ ਪੀ ਬੰਦੇ ਆਉਣਗੇ, ਜਿਹੜੇ ਬਰਾਤੀਆਂ ਦੇ ਖਾਸ, ਜਿਹੜੇ ਫੁੱਫੜ ਹੋ ਗਏ, ਮਾਮੇ ਹੋ ਗਏ, ਇਹ ਮੈਨੂੰ ਲੱਗਦਾ ਉਹਨਾਂ ਵਾਸਤੇ ਹੋਊਗਾ, ਹੈ ਨਾ। ਅਤੇ ਪੂਰਾ ਰਿਬਨ ਲਾਇਆ ਦੇਖੋ ਵੀ ਇਹਨੂੰ ਬਾਉਂਡ ਕਰ ਦਿੱਤਾ ਵੀ ਇਸ ਏਰੀਏ 'ਚ ਕੋਈ ਨਹੀਂ ਬੈਠੂਗਾ, ਹੈ ਨਾ। ਅਤੇ ਪ੍ਰੋਪਰ ਉਵੇਂ ਹੀ ਗੋਲ ਮੇਜ਼ ਜਾਂ ਚੌਰਸ ਮੇਜ਼ ਕਹਿ ਲਓ, ਪਲੇਟਾਂ ਪੂਰੀਆਂ ਉਵੇਂ ਰੱਖੀਆਂ ਹੋਈਆਂ, ਅਤੇ ਕੁਰਸੀਆਂ ਦੇ ਉੱਤੇ ਕਵਰ, ਬਿਲਕੁਲ ਕੋਈ ਫਰਕ ਨਹੀਂ ਹੈ। ਬਸ ਥੋੜ੍ਹਾ ਜਿਹਾ ਸ਼ਬਦਾਂ ਦਾ ਫਰਕ ਹੁੰਦਾ ਵੀ ਇਹ ਵਲੀਮਾ ਕਹਿ ਦਿੰਦੇ, ਆਪਾਂ ਪਾਰਟੀ ਕਹਿ ਦਿੰਦੇ ਹਾਂ। ਅਤੇ ਇਹ ਜਿਹੜਾ ਵਿਆਹ ਆ ਇਹ ਤੁਹਾਨੂੰ ਅਸੀਂ ਦਿਖਾਵਾਂਗੇ ਜਦੋਂ ਬਰਾਤ ਆਈ ਆ, ਉਹਦਾ ਵੀ ਆਪਾਂ ਰਿਕਾਰਡਿੰਗ ਥੋੜ੍ਹੀ ਬਹੁਤੀ ਕਰਾਂਗੇ ਜਿੰਨੀ ਮੁਨਾਸਿਬ ਹੋਈ, ਤਾਂ ਉਹ ਰਿਕਾਰਡਿੰਗ ਕਰਕੇ ਆਪਾਂ ਯਾਨੀ ਵਿਆਹ ਵੀ ਇੰਜੋਏ ਕਰਨਾ ਕਿ ਪਾਕਿਸਤਾਨ ਦਾ ਵਿਆਹ। ਮੈਨੂੰ ਨਹੀਂ ਲੱਗਦਾ ਕਿ ਇੰਡੀਆ ਤੋਂ ਜਦੋਂ ਲੋਕ ਆਉਂਦੇ ਜਿਹੜੇ ਖਾਸ ਵਿਆਹ 'ਤੇ ਆਉਂਦੇ ਆ ਉਹੀ ਇੰਜੋਏ ਕਰਦੇ ਹੋਣਗੇ, ਜਿਹੜੇ ਅਚਾਨਕ ਜਿਹੜੇ ਵਿਜ਼ਟਰ 'ਤੇ ਆ ਜਾਂਦੇ ਆ ਉਹਨਾਂ ਨੇ ਕੋਈ ਵਿਆਹ ਇੰਜੋਏ ਨਹੀਂ ਕੀਤਾ ਹੋਣਾ। ਪਰ ਆਪਾਂ ਤੁਹਾਨੂੰ ਇਹ ਜਿਹੜਾ ਵਿਆਹ ਹੈ ਇਹ ਇੰਜੋਏ ਕਰਾਵਾਂਗੇ। ਦੇਗਾਂ ਤੁਹਾਨੂੰ ਦਿਖਾਤੀਆਂ, ਟੈਂਟ ਤੁਹਾਨੂੰ ਦਿਖਾਤਾ, ਅਤੇ ਹੁਣ ਦਿਖਾਵਾਂਗੇ ਤੁਹਾਨੂੰ ਬਰਾਤ ਦੀ ਐਂਟਰੀ, ਅਤੇ ਉਸ ਤੋਂ ਬਾਅਦ ਸ਼ਾਮ ਤੱਕ ਜਿੰਨਾ ਹੋ ਸਕਿਆ ਮੁਨਾਸਿਬ ਉਹਨਾਂ ਤੁਹਾਨੂੰ ਜਿਹੜਾ ਵਿਆਹ ਆਪਾਂ ਰਿਕਾਰਡ ਕਰਾਂਗੇ, ਤਾਂ ਕਿ ਸਾਡੇ ਜਿਹੜੇ ਚਾਹੁਣ ਵਾਲੇ ਆ ਖਬਰਾਂ ਚੈਨਲ 'ਤੇ ਉਹ ਪਾਕਿਸਤਾਨ ਦੇ ਇਸ ਵਿਆਹ ਨੂੰ ਵੀ ਜ਼ਰੂਰ ਇੰਜੋਏ ਕਰਨਗੇ। ਬਿਲਕੁਲ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਦੇਗਾਂ ਚਾੜ੍ਹੀਆਂ ਜਾਂਦੀਆਂ ਪਾਕਿਸਤਾਨ ਦੇ ਵਿਆਹਾਂ ਦੇ ਵਿੱਚ, ਅਤੇ ਹੋਰ ਵੀ ਜਿਹੜਾ ਹੈਗਾ ਕਿੰਨੇ ਪਕਵਾਨ ਪੱਕਦੇ ਆ, ਹੈ ਨਾ। ਹੁਣ ਅਸੀਂ ਇਸ ਟੈਂਟ ਦੇ ਵਿੱਚ ਆਏ ਹਾਂ, ਇਸ ਟੈਂਟ ਦੇ ਵਿੱਚ ਪੂਰਾ ਅਰੇਂਜਮੈਂਟ ਕੀਤਾ, ਅੱਜ ਬਰਾਤ ਇੱਥੇ ਆਉਣੀ ਆ, ਅਤੇ ਮੇਰੇ ਨਾਲ ਸੱਜਣ ਖੜੇ ਨੇ। ਨਾਮ ਆ ਜੀ ਤੁਹਾਡਾ? ਮਲਕ ਰਸ਼ੀਦ ਜੀ। ਮਲਕ ਜੀ, ਅੱਜ ਤੁਹਾਡੀ ਬੇਟੀ ਦੀ ਮੈਰਿਜ ਆ? ਜੀ, ਅੱਜ ਬੇਟੀ ਦੀ। ਕੱਲ੍ਹ ਮੈਨੂੰ ਲੱਗਦਾ ਬੇਟੇ ਦਾ ਵੀ ਵਿਆਹ ਸੀ? ਕੱਲ੍ਹ ਬੇਟੇ ਦੀ ਸ਼ਾਦੀ। ਕੱਲ੍ਹ ਤੁਸੀਂ ਬਰਾਤ ਗਏ ਸੀ, ਅੱਜ ਬਰਾਤ ਆਉਣੀ ਆ? ਆਉਣੀ। ਤੇ ਅੱਜ ਜਿਹੜੀ ਬੇਟੇ ਦੇ ਵਿਆਹ ਦੀ ਖੁਸ਼ੀ 'ਚ ਪਾਰਟੀ ਵੀ ਆ ਤੇ ਨਾਲ ਬਰਾਤ ਨੂੰ ਵੀ ਸਾਂਭਣਾ? ਹਾਂਜੀ, ਉਹ ਇਕੱਠਾ ਹੀ ਕੰਮ, ਵਲੀਮੇ ਦਾ ਵੀ ਔਰ ਬਰਾਤ ਦਾ ਵੀ। ਜਿਵੇਂ ਅਸੀਂ ਕਹਿੰਦੇ ਅਸੀਂ ਕਹਿੰਦੇ ਪਾਰਟੀ ਆ ਵੀ, ਅਸੀਂ ਮੁੰਡੇ ਨੂੰ ਵਿਆਹ ਲੈਂਦੇ ਅੱਜ ਪਾਰਟੀ, ਤੁਸੀਂ ਵਲੀਮਾ? ਵਲੀਮਾ ਕਹਿੰਦੇ ਅੱਜ ਵਲੀਮਾ, ਹੈ ਨਾ। ਤੇ ਕਿੰਨੇ ਕੁ ਅੱਜ ਬੰਦਿਆਂ ਤੁਸੀਂ ਅਰੇਂਜਮੈਂਟ ਇੱਥੇ ਕੀਤਾ? ਇੱਥੇ ਤਕਰੀਬਨ 300 ਬੰਦੇ ਦਾ ਰੇਂਜ ਹੈਗਾ ਵਾ, ਮਤਲਬ ਮੇਰਾ ਟੋਟਲ ਜਿਹੜਾ ਟੋਟਲ ਸਾਰਾ ਉਧਰ ਇਧਰ ਪਾ ਕੇ? ਨਹੀਂ 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 ਬੰਦਿਆਂ ਦਾ ਸਿਰ। ਅੱਛਾ। ਔਰ 150 ਜਿਹੜਾ ਹੈਗਾ ਉਹ ਔਰਤਾਂ ਦਾ ਉਧਰ ਅਲੱਗ ਕੀਤਾ ਵਾ। ਅਸਲ 'ਚ ਜ਼ਿਆਦਾਤਰ ਨਾ ਸਾਡੀ ਇੱਥੇ ਜਿਹੜੇ ਸ਼ਾਦੀਆਂ ਦੇ ਇੰਤਜ਼ਾਮ ਕਰਦੇ ਆ ਨਾ, ਉਹ ਕਰਦੇ ਨੇ ਟੋਟਲ ਸਾਰਾ ਸਿਸਟਮ ਇੱਕ ਕਰਕੇ ਨਾ, ਵਿੱਚ ਇੰਜ ਕਰਕੇ ਕਨਾਤ ਲਾ ਦਿੰਦੇ, ਔਰਤਾਂ ਇੱਕ ਸਾਈਡ 'ਤੇ ਕਰ ਦਿੰਦੇ, ਬੰਦੇ ਇੱਕ ਸਾਈਡ 'ਤੇ ਕਰ ਦਿੰਦੇ। ਅਜੇ ਵੀ ਤੁਹਾਡੇ ਇਵੇਂ ਆ? ਜੀ ਜੀ, ਔਰਤਾਂ ਇੱਕ ਪਾਸੇ ਰਹਿੰਦੀਆਂ, ਬੰਦੇ ਇੱਕ ਪਾਸੇ। ਜੀ ਜੀ, ਲੇਕਿਨ ਮੇਰਾ ਖਿਆਲ ਆ ਕਿ ਇਸ ਪਿੰਡ ਵਿੱਚ ਮੈਂ ਪਹਿਲੇ ਵਾਰੀ ਐਮ ਕੀਤਾ ਵਾ ਕਿ ਮੈਂ ਨਹੀਂ ਚਾਹੁੰਦਾ ਕਿ ਔਰਤਾਂ ਔਰ ਮਰਦ ਇੱਕ ਜਗ੍ਹਾ 'ਤੇ ਰਹਿਣ, ਬੱਚੀਆਂ ਬੱਚੇ ਹੁੰਦੇ ਆ ਫਿਰ ਜ਼ਿਆਦਾ, ਉਹਨਾਂ ਦਾ ਮੈਂ ਸਿਸਟਮ ਹੀ ਅਲੱਗ ਕਰ ਦਿੱਤਾ। ਅੱਛਾ, ਉਹਨਾਂ ਨੂੰ ਬਿਲਕੁਲ ਪਾਸੇ ਕਰਤਾ? ਹਾਂਜੀ, ਉਹਨਾਂ ਦਾ ਸਿਸਟਮ ਹੀ ਅਲੱਗ ਕਰਤਾ। ਉਹ ਦੇਖਿਆ ਮੈਂ ਅੰਦਰ ਟੈਂਟ ਵਗੈਰਾ? ਹਾਂਜੀ, ਉਹ ਉਹਨਾਂ ਦਾ ਔਰਤਾਂ ਦਾ ਅੰਦਰ ਟੈਂਟ ਮੈਂ ਦੇਖ ਕੇ ਆਇਆ। ਹਾਂ ਹਾਂ, ਉਹਨਾਂ ਦਾ ਸਿਸਟਮ ਅਲੱਗ ਕਰਕੇ, ਮਰਦਾਂ ਦਾ ਜਿੰਨੇ ਮਰਦ ਹਜ਼ਰਾਤ ਆ ਉਹਨਾਂ ਦਾ ਸਿਸਟਮ ਹੈ। ਜਿਵੇਂ ਤੁਸੀਂ ਆ ਗੋਲ ਟੇਬਲ ਲਾਏ ਨਾ, ਚੌਰਸ ਟੇਬਲ ਲਾਏ, ਜੀ ਜੀ, ਸਾਡੇ ਸਿਸਟਮ ਇਹ ਆ ਵੀ ਸਾਡੇ ਮੰਨ ਲਓ ਅਸੀਂ ਚਲੇ ਗਏ ਪਰਿਵਾਰ, ਮੈਂ ਆ, ਮੇਰਾ ਭਰਾ ਹੈ, ਮੇਰੀ ਵਾਈਫ ਆ, ਉਹਦੀ ਵਾਈਫ ਆ, ਦੂਜੇ ਸਾਰੇ ਸਾਡੇ ਬੱਚੇ ਆ, ਅਸੀਂ ਸਾਰੀਆਂ ਬੁੜੀਆਂ ਬੰਦਿਆਂ ਨੇ ਇੱਕੋ ਟੇਬਲ 'ਤੇ ਬਹਿਣਾ। ਹਾਂਜੀ, ਮਿਕਸ। ਜੀ ਜੀ, ਤੁਹਾਡੇ ਹਜੇ ਦੂਜਾ ਜਿਹੜਾ ਹੈਗਾ ਬੀਬੀਆਂ ਅਲੱਗ ਤੇ ਬੰਦੇ ਅਲੱਗ? ਬੰਦੇ, ਕਿ ਤਾਂ ਕਿ ਜਿਹੜੇ ਬੰਦੇ ਜਿਹੜੇ ਨਾ ਜ਼ਰਾ ਆਪਣਾ ਈਜ਼ੀ ਹੋ ਕੇ ਬਹਿਣ ਆਪਣਾ, ਠੀਕ ਆ। ਕਿਉਂਕਿ ਔਰਤਾਂ ਦੇ ਨਾਲ ਬੱਚੇ ਹੁੰਦੇ ਆ, ਉਹ ਜ਼ਿਆਦਾ ਰਸ਼ ਕਰਦੇ ਨੇ, ਖੱਪ ਪਾਉਂਦੇ ਨੇ, ਉਹ ਅੱਗੇ ਉਹਨਾਂ ਦਾ ਸਿਸਟਮ ਹੀ ਲੈਦਾ ਕਰ। ਬਰਾਤ ਕਿੰਨੇ ਵਜੇ ਤੱਕ ਆ ਜਾਣੀ ਹੈ? ਬਰਾਤ ਇਨਸ਼ਾਅੱਲਾ ਤਕਰੀਬਨ ਕੋਈ 12:30-1 ਵਜੇ, 12:30-1 ਵਜੇ ਨਜ਼ਦੀਕ ਤੋਂ ਆ ਰਹੇ ਨੇ। ਉਸ ਤੋਂ ਬਾਅਦ ਤੁਸੀਂ ਉੱਥੇ ਜਿਹੜਾ ਹੁੰਦਾ ਕਰਦੇ ਹੋ ਨਿਕਾਹ ਕਰਦੇ ਹੋ? ਜੀ ਜੀ, ਉਹ ਕਿੱਥੇ ਕਰਨਾ? ਉਹ ਬੱਚੀ ਦਾ ਜਿਹੜਾ ਵਾ ਉਹ ਅਸੀਂ ਘਰ ਕਰਵਾਈਦਾ। ਅੱਛਾ ਅੱਛਾ, ਸਾਡੇ ਮੌਲੀ ਸਾਹਿਬ ਨੇ ਸਾਡੇ ਨਾਲ ਚਲੇ ਜਾਣਾ ਵਾ, ਅਤੇ ਨਾਲ ਸਾਡੀਆਂ ਘਰ ਦੀਆਂ ਔਰਤਾਂ ਹੋਣੀਆਂ, ਨਾਲ ਅਸੀਂ ਹੋਣਾ ਵਾ ਬੱਚੀ ਦਾ ਕੀਤਾ। ਹਾਂਜੀ, ਉੱਥੇ ਮੁੜ ਕੇ ਉਹਨਾਂ ਨੇ ਇੱਥੇ ਆ ਜਾਣਾ ਵਾ, ਇਹ ਦੁੱਲੇ ਦਾ ਸਟੇਜ ਆ, ਮੁੜ ਕੇ ਇੱਥੇ ਬਹਿ ਕੇ ਉਹਨਾਂ ਨੇ ਬੱਚੇ ਬੱਚੀ ਨੇ ਇੱਥੇ ਆ ਜਾਣਾ? ਨਹੀਂ ਨਹੀਂ, ਇਕੱਲੇ ਬੱਚੇ ਦਾ। ਅੱਛਾ, ਇਕੱਲੇ ਦੁੱਲੇ ਦਾ? ਇਕੱਲੇ ਬੱਚੇ ਦਾ। ਅੱਛਾ, ਕਰਕੇ ਇਹਨਾਂ ਨੂੰ ਖਾਣਾ ਛਾਣਾ ਖਵਾ ਕੇ ਫਿਰ ਅਸੀਂ ਇਹ ਜਿਹੜਾ ਦੁੱਲਾ ਹੁੰਦਾ ਨਾ
ਉਹਨੂੰ ਤੇ ਉਹਦੇ ਜਿਹੜੇ ਘਰ ਵਾਲੇ ਹੁੰਦੇ ਨੇ ਉਹਨਾਂ ਨੂੰ ਅਸੀਂ ਉੱਥੇ ਘਰ ਸੱਦ ਲਈਦਾ ਵਾ, ਫੇਰ ਬੱਚੀ ਬੱਚੇ ਨੂੰ ਇਕੱਠੇ ਬਾ ਕੇ ਉਹ ਜਿਹੜੀਆਂ ਉਹੀ ਮੈਂ ਪੁੱਛਣ ਲੱਗਾ ਸੀ ਵੀ ਇਕੱਠੇ ਬਿਠਾਉਣਾ ਹੀ ਨਹੀਂ, ਸ਼ਗਨ ਦਿੰਦੇ ਨਹੀਂ ਬਿਠਾ ਲੈਂਦੇ ਉਹ ਨਿਕਾਹ ਤੋਂ ਬਾਅਦ। ਅੱਛਾ ਅੱਛਾ, ਉਹਨੂੰ ਸ਼ਗਨ ਦਿੰਦਾ ਕਹਿੰਦੇ ਨੇ ਜਿਹੜੇ ਲੋਕੀ ਆ ਕੇ ਉਹਨੂੰ ਤੁਹਾਡੇ ਰਿਸ਼ਤੇਦਾਰ ਸ਼ਗਨ ਵੀ ਕਹਿ ਲੈਂਦੇ, ਸ਼ਗਨ ਵੀ ਕਹਿ ਸਕਦੇ ਤੁਸੀਂ, ਸ਼ਗਨ ਵੀ ਕਹਿ ਸਕਦੇ ਤੇ ਸਲਾਮੀ ਵੀ ਕਹਿ ਸਕਦੇ ਤੁਸੀਂ। ਹਾਂਜੀ ਅੱਛਾ, ਉਹਨੂੰ ਸਲਾਮੀ ਵੀ ਕਹਿੰਦੇ, ਹਾਂਜੀ ਅਸੀਂ ਸਲਾਮੀ ਵੀ ਕਹਿੰਦੇ ਹਾਂ ਤੇ ਇਹ ਅੱਗੇ ਨਿਕਾਹ ਤੋਂ ਬਾਅਦ ਥੋੜੇ ਸ਼ਬਦਾਂ ਦਾ ਹੀ ਫਰਕ ਆ, ਗੱਲ ਤਾਂ ਸਾਰੀ ਉਵੇਂ ਹੀ ਆ, ਉਵੇਂ ਉਵੇਂ ਵੀ ਅਸੀਂ ਕਹਿੰਦੇ ਵੀ ਮੁੰਡੇ ਕੁੜੀ ਨੂੰ ਬਿਠਾ ਕੇ ਸ਼ਗਨ ਦੇਣਾ ਜੀ, ਕਰ ਲਓ ਤੁਸੀਂ ਗੱਲਬਾਤ ਜੀ ਬੇਟਾ। ਹਾਂਜੀ ਹਾਂਜੀ।